ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਵੇਂ ਤੁਸੀਂ ਦੇਖਦੇ ਹੋ, ਸਾਡੇ ਬਾਪੂ ਬਜ਼ੁਰਗਾਂ ਨੂੰ ਕੁੜਤੇ ਪਜਾਮੇ ਪਾਏ ਹੋਏ ਨੇ, ਅੱਧਿਆਂ ਦੇ ਕੌਫੀ ਕਲਰ ਦੇ ਪਾਏ ਨੇ, ਅੱਧਿਆਂ ਦੇ ਨੀਲੇ ਰੰਗ ਦੇ ਪਾਏ ਨੇ, ਬਲੂ ਕਲਰ ਦੇ ਪਾਏ ਨੇ। ਗਰਮੀਆਂ ਦਾ ਮੌਸਮ ਆ ਗਿਆ, ਹੁਣ ਗਰਮੀਆਂ ਵਾਲੇ ਕੁੜਤੇ ਪਜਾਮੇ ਸਵਾਉਣੇ ਆ ਜੀ ਅਸੀਂ, ਅਤੇ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ, 500 ਕੁੜਤਾ ਪਜਾਮਾ ਕੌਫੀ ਕਲਰ ਦਾ ਸਵਾਉਣਾ, ਇੱਦਾਂ ਦਾ ਇਸ ਕੱਪੜੇ ਦੇ ਵਿੱਚ ਜਿਹੜਾ ਗਰਮੀਆਂ ਦੇ ਵਿੱਚ ਪਾਇਆ ਜਾ ਸਕੇ ਪਤਲਾ, ਅਤੇ 500 ਕੁੜਤਾ ਪਜਾਮਾ ਹੀ ਇਹ ਨੀਲੇ ਰੰਗ ਦੇ ਵਿੱਚ ਆ ਜਿਹੜਾ ਗਰਮੀਆਂ 'ਚ ਪਾਇਆ ਜਾਵੇ ਪਤਲਾ ਕੱਪੜਾ। ਕੱਪੜਾ ਅਸੀਂ ਪਸੰਦ ਕਰ ਲਿਆ, ਕੱਪੜਾ ਅਸੀਂ ਮੰਗਵਾ ਵੀ ਲਿਆ ਵਾ। ਧੰਨਵਾਦ ਆ ਅਜੀਤ ਸਿੰਘ ਬੱਟੂ ਆ ਵੀਰ ਸਾਡਾ ਜਲੰਧਰ ਤੋਂ, ਕਾਲਜੀਏਟ ਟੇਲਰ ਆ ਵੀਰਾ, ਉਹੀ ਕੁੜਤੇ ਪਜਾਮੇ ਪਿਛਲੇ ਸਾਲ ਵੀ, ਪਿਛਲੇ ਸਾਲ ਵੀ ਸਾਡੇ ਝੂੰਦਾ ਸਾਹਿਬ ਨੇ ਜਿਹੜੇ ਪ੍ਰਚਾਰਕ ਨੇ, ਸਿੱਖ ਪ੍ਰਚਾਰਕ ਨੇ, ਉਹਨਾਂ ਦੀ ਮਿਹਨਤ ਦੇ ਨਾਲ, ਉਹਨਾਂ ਦੀ ਕਿਰਪਾ ਦੇ ਨਾਲ 2022 'ਚ ਕੁੜਤੇ ਪਜਾਮੇ ਸਵਾ ਕੇ ਦਿੱਤੇ ਸੀ ਉਹਨਾਂ ਨੇ। ਉਸ ਤੋਂ ਬਾਅਦ ਫਿਰ ਪਿਛਲੇ ਸਾਲ ਵੀ ਅਸੀਂ ਅਜੀਤ ਸਿੰਘ ਬੱਟੂ ਜੀ ਨੂੰ ਬੇਨਤੀ ਕੀਤੀ, ਕੱਪੜਾ ਅਸੀਂ ਮੁੱਲ ਲੈ ਲਿਆ ਸੀ ਸੰਗਤਾਂ ਨੇ, ਉੱਥੇ ਪੈਸਾ ਭੇਜਤਾ ਸੀਗਾ ਅਤੇ ਸਿਲਾਈ ਦਾ ਪੈਸਾ ਉਹਨਾਂ ਨੇ ਕੋਈ ਨਹੀਂ ਸੀ ਲਿਆ ਸਾਤੋਂ। ਅਤੇ ਇਸ ਵਾਰ ਵੀ ਸਰਦੀਆਂ 'ਚ ਵੀ ਇੱਦਾਂ ਹੀ ਹੋਇਆ, ਸੰਗਤ ਵੱਲੋਂ ਉੱਥੇ ਕੱਪੜੇ ਦੇ ਸੇਵਾ ਭੇਜੀ ਗਈ ਅਤੇ ਸਿਲਾਈ ਉਹਨਾਂ ਨੇ ਸਾਤੋਂ ਨਹੀਂ ਲਈ। ਹੁਣ ਫਿਰ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ, ਅਸੀਂ ਗਰਮੀ ਵਾਲਾ ਕੱਪੜਾ ਮੰਗਾਇਆ, ਉਹਨਾਂ ਨੇ ਸੈਂਪਲ ਭੇਜੇ ਸੀ ਸਾਨੂੰ, ਸੈਂਪਲ ਅਸੀਂ ਪਵਾ ਕੇ ਦੇਖੇ, 5-6 ਬਜ਼ੁਰਗਾਂ ਦੇ ਧਵਾ ਕੇ ਦੇਖੇ, 4-4, 5-5 ਵਾਰੀ ਕੱਪੜਾ, ਕੋਈ ਬੁਰ ਤਾਂ ਨਹੀਂ ਆਉਂਦਾ, ਰੰਗ ਤਾਂ ਨਹੀਂ ਫਿੱਟ ਹੁੰਦਾ, ਕੱਪੜਾ ਪਾਸ ਹੋ ਚੁੱਕਿਆ ਵਾ। 150 ਰੁਪਏ ਮੀਟਰ ਕੱਪੜਾ ਉਹਨਾਂ ਨੇ ਕਿਹਾ ਵਾ, ਸਵਾ ਜਿਹੜਾ ਆਪਣਾ ਵੱਡੇ ਪਨੇ ਦਾ ਹੁੰਦਾ ਵਾ, ਅਤੇ 3.25 ਮੀਟਰ ਜਾਂ 3.5 ਮੀਟਰ ਕੁੜਤੇ ਪਜਾਮੇ ਦਾ ਕੱਪੜਾ ਲੱਗਣਾ ਵਾ। ਜਿਹੜੇ ਬਾਪੂ ਬਜ਼ੁਰਗ ਸਾਡੇ ਥੋੜ੍ਹੇ ਜਿਹੇ ਕਮਜ਼ੋਰ ਆ, ਉਹਨਾਂ ਨੂੰ 3.25 ਮੀਟਰ ਆ, ਜਿਹੜੇ ਥੋੜ੍ਹੇ ਜਿਹੇ ਖੁੱਲ੍ਹੇ ਡੁੱਲੇ ਸਰੀਰ ਵਾਲੇ ਆ ਉਹਨਾਂ ਨੂੰ 3.5 ਮੀਟਰ ਦਾ ਕੁੜਤਾ ਪਜਾਮਾ ਲੱਗਣਾ, ਅਤੇ ਕਰੀਬ 5-550 ਦਾ ਕੁੜਤਾ ਪਜਾਮਾ ਬਣਦਾ ਇੱਕ ਬਾਪੂ ਬਜ਼ੁਰਗ ਦਾ। ਅਤੇ ਅਸੀਂ 1000 ਕੁੜਤਾ ਪਜਾਮਾ ਜਿਹੜਾ ਸਵਾਉਣਾ ਵਾ, ਉਹਦਾ ਕੱਪੜਾ 1750 ਮੀਟਰ ਨੀਲੇ ਰੰਗ ਦਾ ਅਤੇ 1750 ਮੀਟਰ ਕੌਫੀ ਰੰਗ ਦਾ। ਇਹ ਕੁੜਤੇ ਪਜਾਮਿਆਂ ਦਾ ਕੱਪੜਾ ਅਸੀਂ ਔਡਰ ਕਰਤਾ ਜੀ ਉੱਥੇ ਕਾਲਜੀਏ ਟੇਲਰ ਜਲੰਧਰ। ਤੁਸੀਂ ਸਾਡੇ ਨਾਲ ਸੰਪਰਕ ਕਰਕੇ ਉਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ, ਉੱਥੇ ਕਾਲਜੀਏ ਟੇਲਰ ਦੇ ਦੁਕਾਨ 'ਤੇ ਜਾ ਕੇ ਸਿੱਧੀ ਕੁੜਤੇ ਪਜਾਮਿਆਂ ਦੀ ਸੇਵਾ ਪਹੁੰਚਦੀ ਕਰ ਸਕਦੇ ਹੋ। ਕਿਸੇ ਨੇ 10 ਕੁੜਤੇ ਪਜਾਮਿਆਂ ਦੀ ਸੇਵਾ ਕਰਨੀ ਹੈ, ਕਿਸੇ ਨੇ 20 ਦੀ, ਕਿਸੇ ਨੇ 50 ਦੀ, ਕਿਸੇ ਨੇ 100 ਦੀ, 1000 ਕੁੜਤਾ ਪਜਾਮਾ ਵਾ ਜਿਹੜਾ ਉਹ ਸਟਿੱਚ ਕਰਾਉਣਾ ਜੀ, ਉਹ ਸਿਲਾਈ ਕਰਾਉਣਾ ਵਾ, ਜਿਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ 1750 ਮੀਟਰ ਕੁੜਤਾ ਪਜਾਮੇ ਦਾ ਕੱਪੜਾ ਨੀਲਾ ਅਤੇ 1750 ਕੌਫੀ ਕਲਰ ਦਾ। ਅਤੇ ਸਾਡੀ ਬੇਨਤੀ ਹੈ ਭੈਣਾਂ ਭਰਾਵਾਂ ਨੂੰ, ਉੱਥੇ ਤੁਸੀਂ ਜਦੋਂ ਕੱਪੜੇ ਦੇ ਪੈਸੇ ਪਹੁੰਚਦੇ ਕਰ ਦੋਗੇ, ਨੀਲਾ ਕੱਪੜਾ ਉਹਨਾਂ ਕੋਲ ਹੁਣ ਅਵੇਲੇਬਲ ਆ, ਉਹ ਹੁਣ ਨਾਲ ਦੀ ਨਾਲ ਸਟਿਚਿੰਗ ਕਰਨ ਲੱਗ ਜਾਣਗੇ। ਕੌਫੀ ਕੱਪੜਾ ਉਹਨਾਂ ਨੇ ਔਡਰ ਕਰਨਾ, ਉਹ ਔਡਰ 'ਤੇ ਆਉਣਾ ਵਾ ਅਤੇ ਉਹਦੀ ਪੇਮੈਂਟ ਉੱਥੇ ਜਮ੍ਹਾਂ ਹੋਣੀ ਆ, ਨੀਲੇ ਦੀ ਵੀ ਜਮ੍ਹਾਂ ਹੋਣੀ ਆ। ਅਤੇ ਜੇ ਕੋਈ ਵੀ ਭੈਣ ਭਰਾ ਇਹ ਸੇਵਾ ਕਰ ਸਕਦਾ, ਜ਼ਰੂਰ ਆਪਣਾ ਬਣਦਾ ਯੋਗਦਾਨ ਪਾਇਓ, ਤਾਂ ਜੋ ਗਰਮੀਆਂ ਵਾਲੇ ਜਿਹੜੇ ਕੁੜਤੇ ਪਜਾਮੇ ਆ ਉਹ ਛੇਤੀ ਛੇਤੀ ਬਣਾਏ ਜਾ ਸਕਣ, ਕੰਪਲੀਟ ਕੀਤੇ ਜਾ ਸਕਣ। ਅੱਗੇ ਵੀ ਹੁਣ ਤੱਕ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਸਿਰ ਦੇ ਉੱਤੇ ਕੱਪੜਾ, ਪੈਰਾਂ ਦੇ ਵਿੱਚ ਚੱਪਲ, ਸਰੀਰ ਦੇ ਤਨ ਢੱਕਣ ਨੂੰ ਕੱਪੜਾ, ਇਹ ਸਭ ਤੁਹਾਡੇ ਵੱਲੋਂ ਤੁਹਾਡੀਆਂ ਸੇਵਾਵਾਂ ਦੇ ਵਿੱਚੋਂ ਦਿੱਤਾ ਜਾਂਦਾ। ਚਾਹੇ ਉਹ ਕੇਸਰੀ ਰੰਗ ਦੀਆਂ ਦਸਤਾਰਾਂ ਹੋਣ, ਚਾਹੇ ਉਹ ਕੁੜਤੇ ਪਜਾਮੇ ਦਾ ਕੱਪੜਾ ਹੋਵੇ, ਚਾਹੇ ਉਹ ਲੋਅਰ ਟੀ ਸ਼ਰਟਾਂ ਪਜਾਮੇ ਹੋਣ, ਹਰ ਇੱਕ ਤਰ੍ਹਾਂ ਦੀ ਸੇਵਾ,
ਚਾਹੇ ਉਹ ਚੱਪਲਾਂ ਹੋਣ, ਚਾਹੇ ਉਹ ਬੂਟ ਹੋਣ, ਬਿਸਤਰੇ ਹੋਣ, ਚਾਹੇ ਬਹੁਤ ਸਾਰੇ ਭੈਣ ਭਰਾ ਪੁਰਾਣੇ ਕੱਪੜੇ ਸਾਨੂੰ ਪਹੁੰਚਦੇ ਕਰਦੇ ਆ, ਹਰ ਇੱਕ ਚੀਜ਼ ਸਾਨੂੰ ਜ਼ਰੂਰਤ ਮੁਤਾਬਕ ਪਹੁੰਚਦੀ ਕਰਦੇ ਹੋ ਤੁਸੀਂ, ਅਤੇ ਇਸ ਵਾਰ ਕੁੜਤੇ ਪਜਾਮਿਆਂ ਦੇ ਕੱਪੜੇ ਵਿੱਚ ਵੀ ਸਾਡਾ ਯੋਗਦਾਨ ਦਿਓ। ਕਾਲਜੀ ਟੇਲਰ ਜਲੰਧਰ ਵਿਖੇ ਤੁਸੀਂ ਸਿੱਧੀ ਸੇਵਾ ਜਮ੍ਹਾਂ ਕਰਾ ਸਕਦੇ ਹੋ, ਤਾਂ ਜੋ ਸਾਡੇ ਪਰਿਵਾਰਕ ਮੈਂਬਰਾਂ ਦੇ ਕੁੜਤੇ ਪਜਾਮਿਆਂ ਦਾ ਕੱਪੜਾ ਜਿਹੜਾ ਉਹ ਸਾਡੇ ਕੋਲ ਜਲਦੀ ਜਲਦੀ ਪਹੁੰਚ ਸਕੇ, ਅਤੇ ਫਿਰ ਅਸੀਂ ਉਹਨਾਂ ਦੀ ਸਿਲਾਈ ਕਰਾ ਸਕੀਏ। ਅਤੇ ਅਜੀਤ ਸਿੰਘ ਬੱਟੂ ਵੀਰ ਜੀ ਜਿਹੜੇ ਕਾਲਜੀ ਟੇਲਰ ਦੇ ਮਾਲਕ ਨੇ, ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਉਹ ਜਿਹੜੀ ਸਟਿਚਿੰਗ ਆ, ਸਿਲਾਈ ਆ ਕੁੜਤੇ ਪਜਾਮਿਆਂ ਦੀ, ਉਹ ਸੇਵਾ ਦੇ ਵਿੱਚ ਕਰਦੇ ਨੇ, ਉਹਨਾਂ ਨੇ ਸਾਤੋਂ ਇਹ ਸੇਵਾ ਲਈ ਹੋਈ ਆ। ਬਾਕੀ ਕਿਉਂਕਿ ਇੰਨੇ ਕੁੜਤੇ ਪਜਾਮੇ ਇਕੱਠੇ ਸਿਉਂ ਵੀ ਨਹੀਂ ਸਕਦੇ, ਅੱਧੇ ਕੁੜਤੇ ਪਜਾਮੇ ਅਸੀਂ ਬਾਹਰੋਂ ਸਿਲਾ ਲਈਦੇ ਆ, ਅੱਧੇ ਕੁੜਤੇ ਪਜਾਮੇ ਉਹ ਸਿਮਾ ਦਿੰਦੇ ਆ। ਸੰਤੋਸ਼ ਉਹ ਸੰਤੋਸ਼ ਇੱਧਰ ਹੁਣ ਤੁਸੀਂ ਦੇਖੋ ਜਿਵੇਂ ਸਲਾਦ ਵੰਡਿਆ ਜਾ ਰਿਹਾ। ਪਹਿਲਾਂ ਤਾਂ ਹਰ ਰੋਜ਼ ਸਵੇਰੇ ਇਹ ਖੀਰਾ ਇੱਧਰ ਲਿਆਇਓ ਕਾਕੇ, ਸਤਿ ਸ਼੍ਰੀ ਅਕਾਲ ਜੀ। ਖੀਰਾ ਵੰਡਿਆ ਜਾਂਦਾ ਹਰ ਰੋਜ਼ ਸਵੇਰੇ, ਇੱਕ ਇੱਕ ਪਲੇਟ ਖੀਰੇ ਦੀ ਸਵੇਰੇ ਸਵੇਰੇ ਸਲਾਦ ਦੀ ਦਿੱਤੀ ਜਾਂਦੀ ਆ। ਇਹ ਵੰਡਣ ਵਾਲੇ ਵੀਰ ਵੀ ਜਿਹੜੇ ਕਿਸੇ ਟਾਈਮ ਪੇਸ਼ੈਂਟ ਸੀ, ਵੀਰੇ ਦੇ ਪੱਟੀ ਹੁੰਦੀ ਆ ਹਜੇ ਵੀ, ਬਟਾਲੇ ਤੋਂ ਲੈ ਕੇ ਆਏ ਸੀਗੇ ਸਾਡੇ ਵੀਰ ਨੂੰ, ਸੰਨੂ ਨੂੰ ਪੈਰ 'ਚ ਕੀੜੇ ਪਏ ਸੀ, ਇਕੱਲਾ ਹੀ ਪਿਆ ਸੀ ਘਰ 'ਚ। ਇੱਦਾਂ ਹੀ ਪੱਗਾਂ ਬੰਨੀਆਂ ਜਾ ਰਹੀਆਂ, ਇਹ ਵੀਰੇ ਨੂੰ ਵੀ ਬਹੁਤ ਮਾੜੀ ਹਾਲਤ 'ਚ ਲੈ ਕੇ ਆਏ ਸੀ। ਇਹ ਵੀਰਾ ਮਨਦੀਪ ਆ ਸਾਡਾ, ਅਤੇ ਇਹਨੂੰ ਅੰਬਾਲੇ ਤੋਂ ਲੈ ਕੇ ਆਏ ਸੀ ਵੀਰੇ ਨੂੰ। ਮਤਲਬ ਅੰਦਰ ਇੱਧਰ ਇਸ਼ਨਾਨ ਹੋ ਰਹੇ ਨੇ, ਹਰ ਰੋਜ਼ 600 ਬੰਦੇ ਦਾ ਇਸ਼ਨਾਨ ਪਾਣੀ, 600 ਬੰਦੇ ਦਾ ਲੀੜਾ ਕੱਪੜਾ ਧੋ ਕੇ ਉਹਨਾਂ ਨੂੰ ਮਿਲਣਾ, 600 ਬੰਦੇ ਦੇ ਮਤਲਬ ਕੱਪੜੇ ਦੀ ਹਰ ਤਰੀਕੇ ਦੇ ਨਾਲ ਸਾਂਭ ਸੰਭਾਲ। ਪਹਿਲਾਂ ਅਸੀਂ ਧਿਆਨ ਨਹੀਂ ਸੀ ਦੇ ਪਾਉਂਦੇ ਹੁੰਦੇ, ਇੱਕ ਦੂਜੇ ਤੋਂ ਸਕਿਨ ਪ੍ਰੋਬਲਮ ਆ ਜਾਂਦੀ ਸੀ। ਹੁਣ ਅਸੀਂ ਬਾਈ ਨੇਮ ਹਰੇਕ ਬੰਦੇ ਦਾ ਕੁੜਤਾ ਪਜਾਮਾ, ਹਰੇਕ ਬੰਦੇ ਦਾ ਲੋਅਰ ਟੀ ਸ਼ਰਟ ਆ ਜਿਹੜਾ ਉਹ ਬਾਈ ਨੇਮ, ਤੌਲੀਏ ਵੀ ਸਾਰੇ ਬਾਈ ਨੇਮ, ਫਿਰ ਆ ਲੋਅਰ ਟੀ ਸ਼ਰਟਾਂ ਵਾ, ਆ ਦੇਖੋ ਇਹਦੇ ਵਿੱਚ ਲੋਅਰ ਆ, ਅਤੇ ਲੋਅਰ ਦੇ ਵਿੱਚ ਹੀ ਉਹਦੀ ਟੀ ਸ਼ਰਟ ਇਕੱਠੀ ਕਰਕੇ ਰੱਖੀ ਹੋਈ ਆ। ਹਰੇਕ ਬੰਦੇ ਦੀ ਬਾਈ ਨੇਮ ਇਕੱਠੀ ਕੀਤੀ ਪਈ ਆ ਚੀਜ਼, ਉਵੇਂ ਚੱਕ ਚੱਕ ਕੇ ਵਲੰਟੀਅਰਾਂ ਨੇ ਸਾਡਿਆਂ ਨੇ, ਆ ਦੇਖੋ ਜੋਧਾ ਸਿੰਘ, ਹਰੇਕ ਬੰਦੇ ਦਾ ਜਿਹੜਾ ਪ੍ਰੋਪਰ ਧਿਆਨ ਰੱਖਿਆ ਜਾਂਦਾ ਲੀੜੇ ਕੱਪੜੇ ਦਾ। ਅਤੇ ਵਲੰਟੀਅਰ ਜਿਹੜੇ ਸੇਵਾਦਾਰ ਨੇ ਸਾਡੇ, 60% ਸੇਵਾਦਾਰ ਜਿਹੜੇ ਸੀਗੇ ਉਹ ਪੇਸ਼ੈਂਟ ਸੀ ਜਿਹੜੇ ਉਹ ਨੇ। ਪ੍ਰਭਜੋਤ ਵੀਰਾ ਸੇਵਾ ਕਰਾਈ ਜਾਂਦਾ ਇੱਧਰ, ਸੋਨੂ ਕਰਾਈ ਜਾਂਦਾ ਸੇਵਾ, ਉਹ ਪਿੱਛੇ ਸੋਨੂ ਕਰਾਈ ਜਾਂਦਾ, ਜੱਸਾ ਕਰਾਈ ਜਾਂਦਾ ਇੱਧਰ। ਸਾਡਾ ਆਪਣਾ ਦੁਰਲਭ, ਕੀ ਹਾਲ ਨੇ ਵੀਰੇ, ਹੈ ਨਾ, ਇਹ ਸਾਰੇ ਵੀਰ ਸਾਡੇ ਗੁਰੂ ਦੀ ਕਿਰਪਾ ਨਾਲ ਸੇਵਾ 'ਤੇ ਲਾਏ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ। ਹੁਣ ਜਿਵੇਂ ਜਿਵੇਂ ਬਾਪੂ ਬਜ਼ੁਰਗਾਂ ਦੇ ਇਸ਼ਨਾਨ ਹੋਈ ਜਾਂਦੇ ਨੇ, ਕੁੜਤੇ ਪਜਾਮੇ ਪਾਈ ਜਾਂਦੇ ਨੇ, ਉਹ ਬਾਹਰ ਜਾ ਕੇ ਪੱਗਾਂ ਇਸ਼ਨਾਨ ਕਰਨ ਤੋਂ ਬਾਅਦ ਬਣਾਈ ਜਾਂਦੇ ਨੇ, ਗੁਰੂ ਘਰ ਜਾਈ ਜਾਂਦੇ ਨੇ। ਆ ਜੱਗੀ ਖੜਾ ਸਾਡਾ, ਕਿਵੇਂ ਜੱਗੀ, ਸਤਿ ਸ਼੍ਰੀ ਅਕਾਲ। ਇਹ ਵੀਰਾ ਟੇਲਰ ਸੀ, ਬਹੁਤ ਵਧੀਆ ਟੇਲਰ ਆ, ਅਤੇ ਠੀਕ ਨਹੀਂ ਸੀਗਾ, ਹੁਣ ਵੀਰੇ ਦਾ ਇਲਾਜ ਚੱਲਦਾ, ਇਹ ਵੀ ਠੀਕ ਆ ਬਾਈ, ਹੁਣ ਸੇਵਾ ਕਰਾਉਂਦਾ। ਲਾਲੀ ਸਾਡੇ ਨੂੰ ਤੁਸੀਂ ਜਾਣਦੇ ਹੋ ਸਾਰੇ, ਲਾਲੀ ਕਿਵੇਂ ਵੀਰੇ, ਅਤੇ ਉੱਧਰ ਕੰਨ ਦੁਖਦਾ, ਹਾਂ ਕੋਈ ਨਾ, ENT ਵਾਲੇ ਨੂੰ ਚੈੱਕ ਕਰਾਓ ਕੰਨ ਇਹਦਾ, ਉਹ ਵੀਰੇ ਨੂੰ ਦਿਖਾ ਲਏ। ਦੇਖੋ ਇੱਧਰ ਸਾਰੇ, ਇਹ ਵੀਰਾ ਟੇਲਰ ਆ ਕਰਮਜੀਤ ਬਾਈ, ਸਤਿ ਸ਼੍ਰੀ ਅਕਾਲ ਕਰਮਜੀਤ ਬਾਈ, ਕਿਵੇਂ ਆ, ਠੀਕ ਆ ਬਾਈ, ਜਿਉਂਦਾ ਬਹਾਦਰ ਹੈ ਬਾਈ, ਉਹ ਨਾ ਭਾਈ ਨਾ। ਅਤੇ ਇਹ ਸੇਵਾਵਾਂ ਜਿਹੜੇ ਵੀਰ ਨਿਭਾ ਰਹੇ ਨੇ ਸਾਰੀਆਂ, ਇਹ ਗੁਰੂ ਦੀ ਕਿਰਪਾ। ਜਿਵੇਂ ਤੁਸੀਂ ਦੇਖਿਆ ਕਰਮਜੀਤ ਵੀਰਾ
ਜਿਹਦੀ ਮੈਂ ਗੱਲ ਕਰਦਾ ਸੀ ਟੇਲਰ ਦੀ, ਉਹ ਵੀਰੇ ਨੂੰ ਉਹਦੇ ਘਰ ਦੇ ਇੱਥੇ ਬੰਨ ਕੇ ਲੈ ਕੇ ਆਏ ਸੀ ਸੰਗਲ ਨਾਲ, ਬਾਪੂ ਉੱਠ ਕੇ ਬੈਠੋ। ਅਤੇ ਅੱਜ ਉਹ ਵੀਰਾ ਟੇਲਰ ਆ, ਪੂਰੀ ਵਧੀਆ, ਹਰ ਰੋਜ਼ 2-3 ਕੁੜਤੇ ਪਜਾਮੇ ਸਿਉਂ ਦਿੰਦਾ ਰੋਜ਼ ਡੇਲੀ। ਇੱਦਾਂ ਹੀ ਇਹ ਬਾਈ ਸਾਨੂੰ ਮਿਲਿਆ ਸੀ, ਇਹਦਾ ਹਜੇ ਤੱਕ ਸਾਨੂੰ ਕੁਝ ਪਤਾ ਵੀ ਨਹੀਂ ਲੱਗਿਆ, ਇਹਦੀਆਂ ਦੋਨੇ ਬਾਹਾਂ ਕੱਟੀਆਂ ਹੋਈਆਂ ਵਾ ਹੈ ਨਾ, ਅਤੇ ਸੜਕ 'ਤੇ ਕਿਵੇਂ ਸਰਵਾਈਵ ਕਰਦਾ ਸੀ ਵਿਚਾਰਾ, ਐਡੀਆਂ ਐਡੀਆਂ ਦਾੜ੍ਹੀ ਬੜੀਆਂ, ਜਟਾਂ ਬੜੀਆਂ, ਸਿਰ 'ਚ ਵੀ ਮੂੰਹ ਨਹੀਂ ਧੋ ਸਕਦਾ, ਰੋਟੀ ਨਹੀਂ ਖਾ ਸਕਦਾ, ਇੱਦਾਂ ਕੋਈ ਮੂਹਰੇ ਰੋਟੀ ਪਾ ਦਿੰਦਾ ਸੀ ਅਤੇ ਐਂ ਖਾ ਲੈਂਦਾ ਸੀ ਜਿਵੇਂ ਜਾਨਵਰ ਖਾਂਦੇ ਆ। ਅਤੇ ਇੱਕ ਇਹ ਵੀਰੇ ਨੂੰ ਗੁੱਜਰਾਂ ਦੇ ਬਾੜੇ ਤੋਂ ਛੁਡਾ ਕੇ ਲੈ ਕੇ ਆਏ ਸੀ ਬਾਈ, ਇੱਥੇ ਮੈਂ ਮੈਂਸ਼ਨ ਕਰ ਦਿੰਦਾ, ਉਹ ਗੁੱਜਰ ਜਿਹੜੇ ਬਾੜੇ ਬਣਾ ਕੇ ਖੇਤਾਂ 'ਚ ਰਹਿੰਦੇ ਨੇ, ਜਿਨ੍ਹਾਂ ਨੇ ਡੰਗਰ ਪਸ਼ੂ ਰੱਖੇ ਆ 100-100, 200-200, ਜਿਹੜੇ ਜ਼ਬਰਦਸਤੀ ਇੱਦਾਂ ਦੇ ਬੰਦਿਆਂ ਤੋਂ ਕੁੱਟ ਕੇ ਕੰਮ ਕਰਾਉਂਦੇ ਆ, ਉਹ ਕਿਸੇ ਧਰਮ ਦੇ ਨਹੀਂ, ਉਹ ਕਿਸੇ ਜਾਤ ਦੇ ਨਹੀਂ ਹੁੰਦੇ, ਉਹ ਬੰਦਿਆਂ ਦੀ ਮੰਨ ਲਓ ਜ਼ਿਆਦਤੀ ਦਾ ਸ਼ਿਕਾਰ ਹੋਇਆ ਬੱਚਾ, ਇਹ ਆਪਣਾ ਐਡਰੈਸ ਦੱਸਦਾ, ਆਪਣਾ ਨਾਮ ਦੱਸਦਾ ਇਹ ਪੋਲਟੀ, ਆਪਣੀ ਮਾਂ ਦਾ ਨਾਮ ਦੱਸਦਾ ਸ਼ਕਤੀ ਕੁਮਾਰੀ, ਆਪਣੇ ਬਾਪ ਦਾ ਨਾਮ ਦੱਸਦਾ ਇਹ ਸੁਨੀਲ ਕੁਮਾਰ, ਅਤੇ ਪਿੰਡ ਦੱਸਦਾ ਇਹ ਆਪਦਾ ਬਾਗਲਪੁਰ, ਯੂਪੀ ਦਾ ਰਹਿਣ ਵਾਲਾ ਵਾ, ਇੱਕ ਭਰਾ ਦੱਸਦਾ, 3 ਭੈਣਾਂ ਦੱਸਦਾ, ਪੁਲਿਸ ਥਾਣਾ ਇਹ ਬਾਗਲਪੁਰ ਦੱਸਦਾ ਯੂਪੀ ਦੇ ਵਿੱਚ। ਅਤੇ ਇਹ ਕਹਾਂ ਪੇ ਥੇ ਤੂੰ, ਨਹੀਂ ਇੱਧਰ ਕਹਾਂ ਕੰਮ ਕਰਤੇ ਥੇ, ਗੋਬਰ ਉਠਾਏ, ਖਾਣਾ ਨਾ ਦਈਏ, ਖਾਣਾ ਨਹੀਂ ਦਿੱਤਾ ਤਾ, ਗੋਬਰ ਉਠਾਤੇ ਥੇ, ਸਾਰਾ ਦਿਨ ਗੋਬਰ ਉਠਾਤੇ, ਮਾਰਤੇ ਪੀੜਤੇ ਵੀ ਥੇ, ਕਿਆ ਨਾਮ ਥਾ ਮਾਲਿਕ ਕਾ, ਮੁਨਸ਼ੀ ਖਾਨ, ਮੁਨਸ਼ੀ ਖਾਨ ਸੀ ਉਹਦਾ ਨਾਂ। ਦੇਖੋ ਐਸੇ ਬੰਦੇ, ਘਟੀਆ ਬੰਦੇ, ਗਰੀਬ ਦਾ ਬੱਚਾ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਏ ਆ, ਕਹਾਂ ਸੇ ਲੈ ਕੇ ਆਏ ਸੀ ਤੂੰ, ਉਨਕੇ ਪਾਸ ਕੈਸੇ ਗਿਆ, ਸਟੇਸ਼ਨ ਸੇ ਲੈ ਗਿਆ, ਕਿਆ ਬੋਲਾ ਤੇਰੇ ਕੋ, 700 ਰੁਪਇਆ ਦੂੰਗਾ, 700 ਰੁਪਇਆ ਦਊਂਗਾ, ਕਹਿੰਦਾ ਚੱਲ, ਅਤੇ ਉੱਥੇ ਜਾ ਕੇ ਕੁੱਟ ਕੁੱਟੇ ਤੋਂ ਗੋਹਾ ਚੁਕਾਉਣ ਲਾ ਲਿਆ ਇਹਨੂੰ। ਚੱਲ ਇਹੋ ਜਿਹੇ ਘਟੀਆ ਬੰਦੇ ਸਾਡੇ ਸਮਾਜ ਦੇ ਵਿੱਚ ਰਹਿੰਦੇ ਨੇ। ਚਲੋ ਮਹਾਰਾਜ ਦੇਖਦੇ ਨੇ, ਅੱਲਾਹ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਸਭ ਦੇਖ ਰਹੇ ਨੇ। ਅਤੇ ਇਸ ਬੱਚੇ ਲਈ ਵੀਡੀਓ ਵੀ ਸ਼ੇਅਰ ਕਰਿਓ, ਅਤੇ ਧੰਨਵਾਦ ਕੁੜਤੇ ਪਜਾਮਿਆਂ ਦੀਆਂ ਸੇਵਾ ਵਾਸਤੇ ਸਾਡੇ ਨਾਲ, ਸਾਡੇ ਨੰਬਰ 01-5162-5071, ਇਹ ਨੰਬਰ 'ਤੇ ਸੰਪਰਕ ਕਰਿਓ ਤੁਸੀਂ, ਅਤੇ ਅਸੀਂ ਤੁਹਾਨੂੰ ਜਾਣਕਾਰੀ ਦੇ ਦਾਂਗੇ ਕਿੱਥੇ ਸੇਵਾ ਜਮ੍ਹਾਂ ਕਰਾਉਣੀ ਹੈ, ਕਿਵੇਂ ਕਰਾਉਣੀ ਹੈ। ਇੱਕ ਹੋਰ ਬੇਨਤੀ ਵੀ ਆ, ਸਾਡੇ ਨਾਲ ਤੁਸੀਂ ਵੱਧ ਤੋਂ ਵੱਧ ਗਿਣਤੀ 'ਚ ਮੈਂਬਰ ਜੁੜੋ ਐਜ਼ ਏ ਸੇਵਾਦਾਰ। ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਵਟਸਐਪ ਕਰ ਦਿਓ, ਅਸੀਂ ਤੁਹਾਨੂੰ ਐਜ਼ ਏ ਸੇਵਾਦਾਰ ਰਜਿਸਟਰਡ ਕਰ ਲਾਂਗੇ, ਫਿਰ ਤੁਸੀਂ ਸਿੱਧੀ ਅਕਾਊਂਟ ਰਾਹੀਂ ਵੀ ਸੇਵਾ ਕਰ ਸਕਦੇ ਹੋ। ਕਿਉਂਕਿ ਕੁਛ ਜਿਵੇਂ ਹੁਣ ਕੁੜਤੇ ਪਜਾਮੇ ਲੈਣੇ ਆ, ਕੱਪੜਾ ਲੈਣਾ, ਅਤੇ ਕੁਛ ਤਾਂ ਕੱਪੜਾ ਸੰਗਤ ਨੇ ਲੈ ਦੇਣਾ, ਕੁਛ ਕੱਪੜਾ ਸਾਨੂੰ ਜਿਵੇਂ ਇੱਥੇ ਸੁਪਨਿਆਂ ਦੇ ਘਰ ਦੇ ਜਿਹੜੇ ਖਰਚੇ ਆ ਉਹ ਸਾਰੇ ਜਿਵੇਂ ਪੱਕੇ ਪੈਸਿਆਂ 'ਚ ਕਹਿੰਦੇ, ਜਿਵੇਂ ਚੈੱਕ ਰਾਹੀਂ ਸੇਵਾ ਦੇਣੀ ਪੈਂਦੀ ਆ, ਮਤਲਬ ਉਹਨਾਂ ਨੂੰ ਵੀ ਜਿੱਦਾਂ ਤੋਂ ਅਸੀਂ ਖਰੀਦਦੇ ਹਾਂ ਉਹ ਵੀ ਪੱਕੇ ਬਿੱਲ 'ਤੇ ਦਿੰਦੇ ਨੇ ਕੱਪੜਾ ਮੰਗਾ ਕੇ ਫਿਰ ਉਹ। ਅਤੇ ਇਸ ਕਰਕੇ ਜੇ ਭੈਣ ਭਰਾ ਕੋਈ ਮੈਂਬਰ ਬਣਨ, ਅਕਾਊਂਟ ਰਾਹੀਂ ਤੁਸੀਂ ਕੁੜਤੇ ਪਜਾਮੇ ਦੀ ਸੇਵਾ ਕਰੋ, ਤਾਂ ਅਸੀਂ ਉੱਥੋਂ ਬਾਏ ਚੈੱਕ 20 ਕੁੜਤਾ ਪਜਾਮਿਆਂ ਦਾ ਕੱਪੜਾ ਲੈ ਸਕਦੇ ਹਾਂ। ਅਤੇ ਗੁਰੂ ਘਰ ਦੇ ਵਿੱਚ ਇਸ ਟਾਈਮ ਕੀਰਤਨ ਹੋ ਰਿਹਾ, ਜਿਹੜੇ ਵੀ ਵੀਰ ਸਾਡੇ ਅੰਦਰ ਜਾਂਦੇ ਨੇ ਉਹਨਾਂ ਦੇ ਸਿਰ 'ਤੇ ਪਰਨੇ ਬੰਨੇ ਜਾਂਦੇ ਆ, ਹੁਣ ਜਿਵੇਂ ਜਿਵੇਂ ਇਸ਼ਨਾਨ ਹੋਈ ਜਾਂਦੇ ਨੇ ਸਾਰੇ ਗੁਰੂ ਘਰ ਦੇ ਵਿੱਚ ਜਾ ਕੇ ਬੈਠ ਰਹੇ ਨੇ ਵੀਰ। ਅਤੇ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਹੜੇ ਸਾਡੇ ਨਾਲ ਭੈਣ ਭਰਾ ਜੁੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।